ਦਿਲਜੀਤ ਦਸਾਂਝ ਦੀ ਤਾਰੀਫ਼ ਕਰਦੇ ਨਾ ਥੱਕੇ ਬਾਦਸ਼ਾ ਜੀਆਂ ਰੀਸੈਂਟਲੀ ਦਿਲਜੀਤ ਦਸਾਂਝ ਦੇ ਬਾਰੇ ਬਾਦਸ਼ਾ ਨੇ ਇੰਟਰਵਿਊ ਦੇ ਵਿੱਚ ਗੱਲਬਾਤ ਕੀਤੀ ਹੈ ਇਸ ਇੰਟਰਵਿਊ ਦੇ ਦੌਰਾਨ ਬਾਦਸ਼ਾ ਦਿਲਜੀਤ ਦੇ ਬਾਰੇ ਗੱਲਬਾਤ ਕਰਦੇ ਹੋਏ ਨਜ਼ਰ ਆਏ ਅਤੇ ਦੱਸਦੀ ਹੈ ਕਿ ਉਹਨਾਂ ਨੇ ਕਿਹਾ ਕਿ ਦਿਲਜੀਤ ਦਸਾਂਝ ਨੇ ਉਹਨਾਂ ਨੂੰ ਚਾਂਸ ਦਿੱਤਾ ਸੀ देयर इज ਅ ਦਿਲਜੀਤ ਦਸਾਂਝ ਤੇ ਬਾਦਸ਼ਾ ਨੇ ਗੀਤ ਵਾਸਤੇ ਕੋਲਾਬੋਰੇਟ ਕੀਤਾ ਸੀ ਜਿਸ ਦਾ ਨਾਮ ਸੀ ਪ੍ਰੋਪਰ ਪਟੋਲਾ ਤੇ ਇਸ ਗੀਤ ਦੇ ਵਾਸਤੇ ਦਿਲਜੀਤ ਦਸਾਂਝ ਤੇ ਬਾਦਸ਼ਾ ਨੇ ਪਹਿਲੀ ਵਾਰ ਕੋਲਾਬੋਰੇਟ ਕੀਤਾ ਪਹਿਲੀ ਕੋਲਾਬੋਰੇਸ਼ਨ ਸੀ ਦਿਲਜੀਤ ਦਸਾਂਝ ਤੇ ਬਾਦਸ਼ਾ ਦੀ ਇਸ ਤੋਂ ਬਾਅਦ ਬਾਦਸ਼ਾ ਤੇ ਦਿਲਜੀਤ ਦਸਾਂਜ ਇਕੱਠਿਆਂ ਕੰਮ ਕਰ ਚੁੱਕੇ ਨੇ। ਰਾਜੀ ਕਿ ਬਾਦਸ਼ਾਹ ਤੇ ਦਿਲਜੀਤ ਦਸਾਂਜ ਦਾ ਇਹ ਗੀਤ ਦਰਸ਼ਕਾਂ ਨੂੰ ਕਾਫੀ ਜ਼ਿਆਦਾ ਪਸੰਦ ਆਇਆ। ਉਸ ਵੇਲੇ ਬਾਦਸ਼ਾਹ ਦਾ ਕਹਿਣਾ ਹੈ ਕਿ ਉਸ ਵੇਲੇ ਉਹਨਾਂ ਨੂੰ ਇੱਕ ਚਾਂਸ ਦੀ ਜ਼ਰੂਰਤ ਸੀ, ਇੱਕ ਕੋਲਾਬੋਰੇਸ਼ਨ ਦੀ ਜ਼ਰੂਰਤ ਸੀ ਤੇ ਕੋਈ ਉਹਨਾਂ ਨੂੰ ਚਾਂਸ ਨਹੀਂ ਸੀ ਦੇ ਰਿਹਾ ਜਿਸ ਵੇਲੇ ਉਹਨਾਂ ਨੂੰ ਦਿਲਜੀਤ ਦਸਾਂਜ ਨੇ ਚਾਂਸ ਦਿੱਤਾ। ਜਿਸ ਦੇ ਲਈ ਦਿਲਜੀਤ ਦਸਾਂਜ ਦੀ ਉਹ ਕਾਫੀ ਜ਼ਿਆਦਾ ਰਿਸਪੈਕਟ ਵੀ ਕਰਦੇ ਨੇ ਤੇ ਉਹਨਾਂ ਇੰਟਰਵਿਊ ਦੇ ਵਿੱਚ ਇਹ ਰਿਵੀਲ ਕੀਤਾ ਹੈ, ਦੱਸਿਆ ਐਕਸੈਪਟ ਕੀਤਾ ਕਿ ਉਸ ਵੇਲੇ ਉਹਨਾਂ ਨੂੰ ਇੱਕ ਚਾਂਸ ਦੀ ਜ਼ਰੂਰਤ ਸੀ, ਇੱਕ ਕੋਲਾਬੋਰੇਸ਼ਨ ਦੀ ਜ਼ਰੂਰਤ ਸੀ। ਜਿਸ ਵੇ ਦਿਲਜੀਤ ਦਸਾਂਝ ਨੇ ਇਹਨਾਂ ਦਾ ਸਾਥ ਦਿੱਤਾ ਦਿਲਜੀਤ ਦਸਾਂਝ ਨੇ ਇਹਨਾਂ ਦੇ ਨਾਲ ਕੋਲਾਬੋਰੇਟ ਕੀਤੀ ਜਿਸ ਦੀ ਤਾਰੀਫ ਕਰਦੇ ਹੋਏ ਬਾਦਸ਼ਾ ਇਸ ਵੀਡੀਓ ਕਲਿੱਪ ਦੇ ਵਿੱਚ ਨਜ਼ਰ ਆਉਂਦੇ ਨੇ ਇਸ ਪੂਰੀ ਇੰਟਰਵਿਊ ਦੇ ਵਿੱਚ ਉਹਨਾਂ ਨੇ ਦਿਲਜੀਤ ਬਾਰੇ ਕਾਫੀ ਗੱਲਾਂ ਕੀਤੀਆਂ ਨੇ ਬਾਦਸ਼ਾ ਦੇ ਇਸ ਇੰਟਰਵਿਊ ਦੇ ਦੌਰਾਨ ਉਹਨਾਂ ਨੇ ਆਪਣੇ ਕੈਰੀਅਰ ਤੇ ਪਰਸਨਲ ਜ਼ਿੰਦਗੀ ਤੇ ਵੀ ਕਈ ਸਾਰੀਆਂ ਗੱਲਾਂ ਕੀਤੀਆਂ ਨੇ ਬਾਦਸ਼ਾ ਨੇ ਆਪਣੇ ਕੈਰੀਅਰ ਬਾਰੇ ਵੀ ਕਾਫੀ ਸਾਰੀਆਂ ਗੱਲਾਂ ਦੱਸੀਆਂ ਨੇ ਇਸ ਇੰਟਰਵਿਊ ਦੇ ਦੌਰਾਨ ਤੇ ਜੇਕਰ ਬਾਦਸ਼ਾ ਤੇ ਦਿਲਜੀਤ ਦਸਾਂਝ ਦੀ ਗੱਲ ਕਰੀਏ ਕਿ ਪ੍ਰੋਪਰ ਪਟੋਲਾ ਗੀਤ ਸੀ ਉਹ ਜਿਸ ਦੇ ਲਈ ਦਿਲਜੀਤ ਦਸਾਂਝ ਤੇ ਬਾਦਸ਼ਾ ਨੇ ਇਕੱਠਿਆਂ ਕੋਲਾਬੋਰੇਟ ਗੀਤਾ ਸੀ ਇਸ ਕੋਲਾਬੋਰੇਸ਼ਨ ਦੇ ਲਈ ਹੀ ਦਿਲਜੀਤ ਦਸਾਂਝ ਦੀ ਤਾਰੀਫ ਕਰਦੇ ਹੋਏ ਉਹਨਾਂ ਦੀ ਰਿਸਪੈਕਟ ਦੇ ਵਿੱਚ ਸ਼ਬਦ ਬੋਲਦੇ ਹੋਏ ਨਜ਼ਰ ਆਏ ਸਾਨੂੰ ਬਾਦਸ਼ਾਹ ਤੇ ਦੱਸ ਦਈਏ ਕਿ ਬਾਦਸ਼ਾਹ ਤੇ ਦਿਲਜੀਤ ਦਸਾਂਝ ਇਕੱਠਿਆਂ ਕੰਮ ਕਰ ਚੁੱਕੇ ਨੇ ਦੋਵਾਂ ਨੂੰ ਹੀ ਦਰਸ਼ਕ ਕਾਫੀ ਜ਼ਿਆਦਾ ਪਸੰਦ ਕਰਦੇ ਨੇ ਦੋਵਾਂ ਦੇ ਗੀਤਾਂ ਨੂੰ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਪਿਆਰ ਦਿੱਤਾ ਜਾਂਦਾ ਹੈ ਕਿਉਂਕਿ ਦਿਲਜੀਤ ਦਸਾਂਝ ਵੀ ਕਰੋੜਾਂ ਹੀ ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕਰ ਰਹੇ ਨੇ ਸੋ ਪ੍ਰੋਪਰ ਪਟੋਲਾ ਤੋਂ ਇਲਾਵਾ ਦਿਲਜੀਤ ਦਸਾਂਝ ਤੇ ਬਾਦਸ਼ਾਹ ਨੇ ਇਕੱਠਿਆਂ ਹੋਰ ਵੀ ਗੀਤ ਕੀਤੇ ਨੇ ਰੀਸੈਂਟਲੀ ਦਿਲਜੀਤ ਦਸਾਂਝ ਤੇ ਫੇਰ ਬਾਦਸ਼ਾ ਦਾ ਗੀਤ ਨੈਣਾ ਵੀ ਆਇਆ ਸੀ ਜੋ ਕਿ ਦਿਲਜੀਤ ਦੋਸਾਂਝ ਦੀ ਫਿਲਮ ਦਰਕ ਰਿਊ ਦਾ ਹਿੱਸਾ ਸੀ ਤੇ ਨੈਣਾ ਦੇ ਵਾਸਤੇ ਦਿਲਜੀਤ ਦੋਸਾਂਝ ਤੇ ਬਾਦਸ਼ਾ ਨੇ ਇੱਕ ਵਾਰ ਫਿਰ ਤੋਂ ਕੋਲਾਬੋਰੇਟ ਕੀਤਾ ਸੀ ਦਿਲਜੀਤ ਦੋਸਾਂਝ ਕ੍ਰੀਨਾ ਕਪੂਰ ਕ੍ਰਿਤੀ ਸੈਨਨ ਤੇ ਤੱਬੂ ਸਟਾਰਿੰਗ ਇਸ ਮੂਵੀ ਦੇ ਵਿੱਚ ਇਹ ਗੀਤ ਨੂੰ ਫੀਚਰ ਕੀਤਾ ਗਿਆ ਇਹ ਗੀਤ ਲੋਕਾਂ ਨੂੰ ਕਾਫੀ ਜ਼ਿਆਦਾ ਪਸੰਦ ਆਇਆ ਜਿਸ ਦਾ ਨਾਮ ਸੀ ਨੈਣਾ ਸੋ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਕਮੈਂਟ ਕਰਕੇ ਦੱਸ ਸਕਦੇ ਹੋ ਦਿਲਜੀਤ ਦੋਸਾਂਝ ਤੇ ਬਾਦਸ਼ਾ ਦੀ ਇਸ ਦੋਸਤੀ ਲਈ ਕੀ ਕਹੋਗੇ ਇਹ ਵੀ ਕਮੈਂਟ ਕਰਕੇ ਦੱਸਣਾ ਬਿਲਕੁਲ ਨਾ ਭੁੱਲਣਾ ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬ the entertainment industry ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟਸ ਵੀਡੀਓਜ਼ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ ਧੰਨਵਾਦ